ਆਪ ਕਈ ਕੰਟਰੀਆਂ ਤੋਂ ਆ ਰਹੇ ਆ, ਕਈ ਕੰਟਰੀਆਂ ਦੇ ਵਿੱਚ ਸ਼ਾਮ ਹੈ ਤੇ ਕਈ ਵਿਚਾਰੇ ਇਕੱਲੇ ਹੈੱਡਫੋਨ ਲਾ ਕੇ ਕਹਿੰਦਾ ਜਦੋਂ ਪੈਂਦੀ ਹੈ ਸਨੋ ਫਿਰ ਕੰਮ ਹੋ ਜਾਂਦਾ ਮੇਰੇ ਵੀਰੋ ਥੋੜਾ ਖਰਾਬ, ਪਰ ਫਿਰ ਇਕੱਲੀ ਕਮੈਂਟਰੀ ਸੁਣਨੀ ਪੈਂਦੀ ਹੈ, ਧਿਆਨ ਜਿਹੜਾ ਰੋਡ ਤੇ ਰੱਖਣਾ ਹੈ। ਔਰ ਬੜਾ ਵੱਡਾ ਮੈਚ ਜਿਹੜਾ ਕੰਡਾ ਖੇਤਾਂ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ, ਇੱਕ ਪਾਸੇ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਔਰ ਦੂਜੇ ਪਾਸੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਸ੍ਰੀ ਦੀ ਟੀਮ ਹੈ, ਬੱਲੀ ਸੰਧੂ ਹੋਣਾ ਨੇ ਤਿਆਰ ਕੀਤੀ ਹੈ, ਔਰ ਦੂਜੇ ਪਾਸੇ ਖਾਨ ਵਾਲੀ ਜਿੰਦਰ ਦੀ ਟੀਮ ਹੈ। ਇਧਰ ਤੁਕੀ ਭਿੰਡਰਾਂ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ, ਵੱਡਾ ਮੈਚ ਖੋਸਿਆਂ ਵਾਲਾ ਅਮਰੀਕ ਕਰੂ ਗੱਲ ਵੀ ਪਹਿਲੀ ਕਬੱਡੀ ਕੌਣ ਇਸ ਮੈਚ ਦੀ ਪਾਵੇਗਾ, ਪਹਿਲੀ ਕਬੱਡੀ ਟੀਮਾਂ ਨੇ ਕੌਣ ਪਾਵੇਗਾ ਪਹਿਲੀ ਰੇਡ, ਇਹ ਦੁਨੀਆ ਕਈ ਅੰਦਾਜ਼ੇ ਲਾ ਰਹੇ ਲੋਕ ਵੀ ਪਹਿਲੀ ਆਣੇ ਪਾਉਣੀ ਹੈ, ਉਧਰ ਕਮੈਂਟਾਂ ਦੇ ਵਿੱਚ ਕਈ ਕਹਿੰਦੇ ਹੋਣੇ ਪਹਿਲੀ ਤੇ ਦੁੱਲੇ ਨੇ ਪਾਉਣੀ ਹੈ, ਕਮੈਂਟਾਂ ਦੇ ਵਿੱਚ ਕਈਆਂ ਨੇ ਕਹਿਦਾ ਹੋਣਾ ਵੀ ਪਹਿਲੀ ਤੇ ਦੁੱਲੇ ਨੇ ਪਾਉਣੀ ਹੈ। ਅੱਜ ਦਾ ਟੂਰਨਾਮੈਂਟ ਸ਼ਹੀਦ ਸਰਦਾਰ ਕਰਤਾਰ ਸਿੰਘ ਜੀ ਬੱਬਰ ਸਪੋਰਟਸ ਕਲੱਬ ਵੱਲੋਂ ਮੇਰੇ ਵੀਰੋ ਚੱਕਾਂ ਦੇ ਵਿੱਚ ਜਿਹੜਾ ਉਹ ਕਰਵਾਇਆ ਗਿਆ, ਜਿਹਦਾ ਸੁਪਰ ਫਾਈਨਲ ਜਿਹਦਾ 1,75,000 ਦਾ ਫੈਸਲਾ, ਜਿਹਦੇ 2 ਮੋਟਰਸਾਈਕਲਾਂ ਦਾ ਫੈਸਲਾ ਇਸ ਵੇਲੇ ਬਹੁਤ ਜਲਦ ਹੋਣ ਜਾ ਰਿਹਾ ਹੈ ਕਿ ਪਹਿਲੀ ਕਬੱਡੀ ਕਿ ਵਿੱਚ ਜ਼ਿਲ੍ਹੇ ਜਲੰਧਰ ਦੇ ਜੱਟ ਨੇ ਜਨਮ ਲਿਆ ਪਿੰਡ ਬੱਗੇ, ਮੱਚਦਾ ਅੰਗਿਆਰ ਕਬੱਡੀ ਦਾ ਮੇਲ ਦਾ ਫਰੇ ਜਾਫੀਆਂ ਕੇ ਦੁੱਲਾ ਦੁੱਲਾ ਹੁੰਦੀ ਹੈ ਯਾਰੋ ਝੂਠ ਕਹੇ ਨਾ ਕਾਲਾ, ਆਹ ਦੁੱਲਾ ਬੱਗੇ ਪਿੰਡ ਵਾਲਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਪਹਿਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ, ਸੇਵਾ ਸਿੰਘ ਰਾਣੇ ਨੂੰ ਮਾਣ ਹੈ, ਆਹ ਸਾਹਮਣੇ 4 ਨੇ, ਹੁਣ 4 ਦੇ ਵਿੱਚੋਂ ਅਮਰ ਪੱਤਣ ਜਾਂ ਫਿਰ ਦੁੱਲਾ ਤੇ ਅਮਰ ਪੱਤਣ ਦੇ ਦਰਮਿਆਨ ਟੱਕਰ, ਦੋ ਬੱਬਰ ਸ਼ੇਰ ਭਿੜ ਰਹੇ ਨੇ, ਇੱਕ ਪਾਸੇ ਵੇਖਦਾ ਵੀ ਅਮਨ ਦੇ ਦੂਜੇ ਪਾਸੇ ਦੁੱਲਾ, ਦੋਨੋਂ ਤਿਆਰ ਵੇ ਕਾਰ ਤੇ ਨੰਬਰ ਸੁਖਿਆ ਪਹਿਲਾ ਪ੍ਰਾਈਜ ਜਤਿੰਦਰ ਜੌਲ ਵੱਲੋਂ। ਬਸੰਤ ਸਿੰਘ ਜੀ ਬਾਜਾ ਖਾਨਾ ਸਾਡੇ ਜੋ ਉੱਗੇ ਕਮੈਂਟੇਟਰ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਜੀ, ਬਸੰਤ ਸਿੰਘ ਜੀ ਬਾਜਾ ਖਾਨਾ ਉਹ ਵੀ ਆਪਣਾ ਸਨਮਾਨ, ਬਸੰਤ ਸਿੰਘ ਬਾਜੇ ਖਾਨੇ ਦਾ ਵਿਸ਼ੇਸ਼ ਤੌਰ ਤੇ ਸਨਮਾਨ ਜਿਹੜਾ ਹੈ ਉਹ ਕੀਤਾ ਜਾ ਰਿਹਾ ਹੈ। ਜੱਗੀ ਅਮਰਦੀਪ ਸਿੰਘ ਜੀ ਚੱਕ ਖੁਰਦ ਯੂਕੇ ਤੋਂ, ਅਮਰੀਕ ਸਿੰਘ ਚੱਕਲਾ ਮਾਈਕ ਇਹ ਰਾੜਾ ਸਾਹਿਬ ਪਾਇਲ ਧਮੋੜ ਦੇ ਏਰੀਏ ਦਾ, ਕਹਿੰਦੇ ਲਸਾੜਾ ਗਿੱਲ ਬੜਾ ਮਸ਼ਹੂਰ ਹੈ, ਲਸਾੜਾ ਗਿੱਲਾਂ ਦਾ ਪਿੰਡ ਹੈ, ਇਹ ਬੱਬੂ ਲਸਾੜੇ ਵਾਲੇ ਦੀ ਕਰਦੇ ਗੱਲ ਸੁਣਾਓ ਜੀ। ਬੱਬੂ ਵੀ ਕਹਿੰਦੇ ਕਬੱਡੀ ਪੈ ਰਹੀ ਹੈ, ਰੱਜੀ ਨੇ ਵੀ ਕਹਿੰਦੇ ਤਗੜੇ ਜੱਫੇ ਲਾਏ ਆ, ਲੋਕੀ ਕਹਿੰਦੇ ਅਮਨ ਨੇ ਸਾਡੇ ਗੱਡੇ ਕੱਢੇ ਆ, ਅਮਨ ਨੇ ਕਹਿੰਦੇ ਦੁਨੀਆ ਨੂੰ ਉਹ ਟਾਈਮ ਯਾਦ ਕਰਾਇਆ ਹੈ ਜਦੋਂ ਪਹਿਲੀਆਂ ਦੇ ਵਿੱਚ ਬੱਲੇ ਬੱਲੇ ਹੋਈ ਹੈ, ਆਓ ਕਿਵੇਂ ਰੇਡ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ, ਜਿਵੇਂ ਕਿਤੇ ਕਹਿੰਦੇ ਕੋਮਲ ਦੇ ਚਰਚੇ ਨੇ, ਉਧਰ ਪੋਲੇ ਪੋਲੇ ਕਦਮ ਵਧੇ ਹੋਏ ਆ, ਇੱਕ ਪਾਸੇ ਕਹਿੰਦੇ ਗੁਰਵਿੰਦਰ ਹੈ ਢਾਂਗੇ ਵਾਲਾ, ਨਾਲ ਕਹਿੰਦੇ ਆ ਨਿੰਦੀ ਬੇਲੜੇ ਦਾ, ਉਹ ਨਾਲ ਕਹਿੰਦੇ ਆ ਜੱਗੀ ਮੱਲੇ ਦਾ, ਆ ਸਾਹਮਣੇ ਗੁਰਵਿੰਦਰ ਉਹ ਢਾਂਗੇ ਵਾਲਾ, ਇਹ ਪਤੰਦਰ ਬਰਾਬਰ ਵਿਆਹ ਨੂੰ ਕਹਿੰਦੇ ਮਿਲ ਕੇ ਲੈਂਦਾ, ਇਹ ਪਤੰਦਰ ਬਰਾਬਰ ਵਿਆਹ ਨੂੰ ਲੈਂਦਾ। ਅਮਰੀਕ ਮੈਂ ਪਿੰਡ ਪੁੱਛਿਆ ਵੀ ਕਿੱਥੇ ਪਿੰਡ ਆ ਤੇਰਾ, ਕਹਿੰਦਾ ਭਾਜੀ ਉਹ ਫਾਜ਼ਿਲਕਾ ਦੇ ਲਾਗੇ, ਮੇਰਾ ਪਿੰਡ ਹੈ ਜਲਾਲਾਬਾਦ ਦੇ ਲਾਗੇ, ਬੜੀ ਦੂਰ ਤੋਂ ਆਉਂਦਾ ਹੈ ਆਹ ਮੁੰਡਾ, ਬੜੀ ਦੂਰ ਤੋਂ ਆਇਆ, ਇਹਨੇ ਜਲਾਲ ਦੀ ਗਰਾਊਂਡ ਦੇ ਵਿੱਚ ਮਿਹਨਤ ਕੀਤੀ ਹੈ, ਇਹ ਦਿਆਲਪੁਰੇ ਵਾਲਾ ਕਰਨ ਹੈ, ਇਸ ਵੇਲੇ ਕਬੱਡੀ ਪਾ ਕੇ ਪੁਆਇੰਟ ਲੈ ਕੇ ਵਾਪਸ ਗਿਆ, ਕਰਨ ਦਿਆਲਪੁਰੇ ਵਾਲਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ, ਦਿਆਲਪੁਰਾ ਮਿਰਜਾ ਕੋਠਾ ਗੁਰੂ ਭਗਤਾ ਹਮੀਰਗੜ੍ਹ ਗੁਰੂ ਸਰ ਜਲਾਲ ਬੜੇ ਮਸ਼ਹੂਰ ਜੇ ਨਗਰ ਨੇ, ਆਹ ਸਾਹਮਣੇ ਖੋਜੇ ਵਾਲੀਏ ਮੁੰਡੇ ਦੀ ਕਬੱਡੀ ਜਾਫੀ 4 ਨੇ, ਕਰਮੀ ਕੇਸ਼ੀ ਬੜੇ ਮਸ਼ਹੂਰ ਨਾਂ, ਪਰ ਆਹ ਸਾਈਡ ਦੇ ਵਿੱਚ ਕਹਿੰਦੇ ਨਿੰਦੀ ਦੇ ਨਾਲ ਕੇਸ਼ੀ ਹੈ, ਕੇਸ਼ੀ ਦੇ ਨਾਲ ਕਹਿੰਦੇ ਗੁਰਵਿੰਦਰ ਘਾਂਗਾ, ਦੂਜੀ ਕਣੀ ਤੇ ਮੱਲੇ ਵਾਲਾ ਗੱਗੀ ਹੈ, ਆਹ ਮੁਕਾਬਲਾ ਸਖਤ ਹੋ ਚੁੱਕਿਆ ਹੈ, ਇੱਕ ਪਾਸੇ ਕਹਿੰਦੇ ਗੁਰਵਿੰਦਰ ਔਰ ਦੂਜੇ ਪਾਸੇ ਮੁੰਨਾ, ਮੁੰਨਾ ਤੇ ਗੁਰਵਿੰਦਰ ਲੱਗਿਆ ਹੋਇਆ ਜ਼ੋਰ, ਦੁਨੀਆ ਤੱਕਰੀ ਨਹੀਂ ਆ ਰਹਾ, ਵੱਖਰਾ ਸਵਾਦ ਵੱਖਰਾ ਸਵਾਦ, ਵਾਹ ਘਾਂਗੇ ਵਾਲਿਆ ਵਾਹ ਘਾਂਗੇ ਵਾਲਿਆ, ਸਾਹਮਣੇ ਮੁੰਨੇ ਦੇ ਕਹਿੰਦੇ ਮੁੜਕ ਕੇ ਦੇਖਿਆ ਵੀ ਢੇਰੀਆਂ ਤੇ ਵਾਹਵਾ ਦੂਰ ਹੈ, ਢੇਰੀਆਂ ਤੇ ਵਾਹਵਾ ਦੂਰ ਹੈ, ਆਓ ਕਿਉਂ ਕਬੱਡੀ ਪਾਈ ਹੋਈ ਹੈ, ਇਹ ਪਾਜਾ ਕਹਿੰਦੇ ਕਾਲੇ ਸਿੰਘਾਂ ਵਾਲਾ ਜਿਹਨੇ ਵੱਧ ਕੇ ਕਬੱਡੀ ਪਾਈ ਹੈ, ਅਸੀਂ 4-4 ਨੇ ਅੱਜ, ਕਹਿੰਦੇ ਚੱਕ ਪਿੰਡ ਦੇ ਵਿੱਚ ਰੌਣਕਾਂ ਲੱਗੀਆਂ, ਸੁੱਖਾ ਕਹਿੰਦੇ ਇੰਗਲੈਂਡ ਤੋਂ ਆਇਆ ਹੋਇਆ, ਉਹ ਭਰਾ ਸਾਡਾ ਕਿਸੇ ਗੱਲ ਨੂੰ ਆਇਆ, ਜਤਿੰਦਰ ਦਾ ਬੱਸ ਨਹੀਂ ਚੱਲਿਆ, ਸੁੱਖਿਆ ਜਤਿੰਦਰ ਨੇ ਵੀ ਆ ਜਾਣਾ ਸੀਗਾ, ਸੁੱਖਾ ਕਹਿੰਦਾ ਜਤਿੰਦਰ ਦਾ ਬੱਸ ਨਹੀਂ ਚੱਲਿਆ, ਉਹਨੇ ਵੀ ਕਹਿੰਦੇ ਲੈ ਕੇ ਟਿਕਟ ਕਢਾਉਣਾ ਸੀਗਾ, ਪਰ ਸੁੱਖਾ ਆਇਆ ਚੱਕਾਂ ਵਾਲਾ, ਸੁੱਖੇ ਦਾ ਆਉਣਾ ਵੀ ਜ਼ਰੂਰੀ ਸੀ, ਉਦੋਂ ਦੇ ਲੋਕਾਂ
ਨੇ ਕਹਿਣਾ ਸੀ ਉਹ ਗੱਲ ਨਹੀਂ ਬਣੀ, ਉਹ ਗੱਲ ਨਹੀਂ ਬਣੀ, ਸੁੱਖਾ ਤਾਂ ਇੰਡੀਆ ਆਇਆ ਹੋਇਆ ਉਹ ਕਬੱਡੀ ਪੈ ਗਈ ਦੀਪੇ ਦੀ, ਰੁਪਿੰਦਰ ਚੱਕ ਮਾਏਗੇ ਦੀਪਾ ਲਿੱਤਰਾਂ ਵਾਲਾ ਦੀਪਾ ਕਬੱਡੀ ਪਾ ਰਿਹਾ ਮੇਰੇ ਵੀਰੋ, ਬੜਾ ਮਸ਼ਹੂਰ ਹੈ। ਜਦੋਂ ਮਲਸੀਆਂ ਵਾਲੇ ਕੁਲਜੀਤੇ ਨੂੰ ਸੁਫਾਰੀ ਦਿੱਤੀ ਗਈ ਲਿੱਤਰਾਂ ਦੇ ਮੇਲੇ ਤੇ ਪ੍ਰੋਫੈਸਰ ਸਾਹਿਬ ਨੇ ਆਪਣੇ ਅੰਦਾਜ਼ ਦੇ ਵਿੱਚ ਗੱਲ ਕੀਤੀ ਕਿ ਬੁੱਕ ਦਾ ਇੰਜ ਜਿੱਦਾਂ ਸ਼ੇਰ ਬੁੱਕੇ ਮੇਲੇ ਵਿੱਚ ਮਿਲੀ ਹੈ ਸਫਾਰੀ, ਇਹਨੂੰ ਲਿੱਤਰਾਂ ਦੇ ਮੇਲੇ ਵਿੱਚ ਇਹ ਲਿੱਤਰਾਂ ਵਾਲਾ ਦੀਪਾ ਹੈ ਜਿਹੜਾ ਕਬੱਡੀ ਹੈ, ਬੱਗਿਆਂ ਵਾਲੇ ਦੁੱਲੇ ਦੀ ਕਬੱਡੀ ਹੈ, ਰੇਸ਼ਮ ਸਿੰਘ ਦੇ ਪੁੱਤਰ ਦੀ ਕਬੱਡੀ ਹੈ। 15 ਤਰੀਕ ਕਹਿੰਦੇ ਇਹਦੇ ਨਾਨਕਿਆਂ ਦੇ ਟੂਰਨਾਮੈਂਟ ਦੀ ਹੋਣੀ ਹੈ, 15 ਫਰਵਰੀ ਨੂੰ ਚੂੜ ਚੱਕ ਦੇ ਵਿੱਚ ਮੇਰੇ ਵੀਰੋ ਦੁੱਲੇ ਦੇ ਨਾਨਕਿਆਂ ਦੇ ਵਿੱਚ ਰੌਣਕਾਂ ਲੱਗਣਗੀਆਂ। ਪੱਪੂ ਹੁਣੀ ਸੱਦਾ ਦੇ ਰਹੇ ਹੈ, ਕੌਂਕਿਆਂ ਵਾਲੇ ਬਾਜ ਹੁਣੀ ਤੇ ਗੁਲਜ਼ਾਰ ਟਰਾਂਸਪੋਰਟ ਦੇ ਕਹਿੰਦੇ ਲਾਲੀ ਸਿੱਧੂ ਦਾ ਵੱਡਾ ਯੋਗਦਾਨ ਹੋਵੇਗਾ। ਆਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਦੁੱਲੇ ਦੀ ਸੁੱਖਾ ਨਜ਼ਾਰੇ ਲੈ ਰਿਹਾ, ਗਰੇਵੀਅਨ ਦੇ ਵਿੱਚ ਕਹਿੰਦੇ ਸੱਤੇ ਪਾਲੇ ਹੁਣੀ, ਅਮਰੀਕਾ ਦੇ ਵਿੱਚ ਕਹਿੰਦੇ ਜਤਿੰਦਰ ਜੌਹਰ ਹੁਣੀ ਆਨੰਦ ਮਾਣ ਰਿਹਾ। ਇੱਕ ਪਾਸੇ ਮੁੰਡਾ ਕਰਦਾ ਕੋਸ਼ਿਸ਼ ਅਮਨ ਪੱਤਰ ਤੇ ਦੂਜੇ ਸੱਚੇ ਪਾਤਸ਼ਾਹ ਮੇਰ ਕਰੇ, ਸੱਚੇ ਪਾਤਸ਼ਾਹ ਵਾਹਿਗੁਰੂ ਥੋੜੀ ਚੋਟ ਆਈ ਹੈ, ਸੱਚੇ ਪਾਤਸ਼ਾਹ ਮੇਰ ਕਰੇ ਵੀ ਤੱਤੀ ਵਾਹ ਨਾ ਲੱਗੇ ਕਿਸੇ ਨੂੰ, ਮੇਰ ਕਰੇ ਪ੍ਰਮਾਤਮਾ ਸਾਡੀ ਵਾਹਿਗੁਰੂ ਦੇ ਅੱਗੇ ਇਹੀ ਅਰਦਾਸ ਹੈ ਵੀ ਤੱਤੀ ਵਾਹ ਨਾ ਲੱਗੇ ਕਿਸੇ ਨੂੰ। ਵਾਹਿਗੁਰੂ ਮੇਰ ਕਰੇ ਜਿੰਨੇ ਵੀ ਖਿਡਾਰੀ ਆਉਣ ਸਾਰੇ ਖਿਡਾਰੀ ਹੱਸਦੇ ਖੇਡਦੇ ਜਾਣ, ਕਿਸੇ ਵੀ ਖਿਡਾਰੀ ਦੇ ਸੱਟ ਫੇਟ ਨਾ ਲੱਗੇ। ਮੇਰਾ ਖਿਆਲ ਹੈ ਉਹ ਘਰਾਚੋਂ ਦੀ ਟੀਮ ਆਈ ਹੈ, ਉਹ ਜਿਹੜੀ ਟੀਮ ਮੇਰਾ ਖਿਆਲ ਹੈ ਘਰਾਚੋਂ ਦੀ ਹੈ ਕਿ ਇਸੇ ਪਿੰਡ ਦੀ ਹੈ, ਇਸੇ ਪਿੰਡ ਦੀ ਹੈ, ਐਨ ਚੱਕਾਂ ਦੀ ਟੀਮ ਹੈ, ਬੜਾ ਵਧੀਆ ਡਿਸਿਪਲਿਨ ਹੈ ਮੇਰੇ ਵੀਰੋ, ਸਾਰੀ ਟੀਮ ਪ੍ਰੋਪਰ ਕਿੱਟਾਂ ਦੇ ਵਿੱਚ ਹੈ। ਆਓ ਸਾਹਮਣੇ ਕਬੱਡੀ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਕਿ ਬੇਨੜਾ ਇਹ ਪਿੰਡ ਜੱਟਦਾ, ਬੇਨੜਾ ਇਹ ਪਿੰਡ ਜੱਟਦਾ। ਪਹਿਲਾ ਪ੍ਰਾਈਜ ਸੱਤਾ ਮਠੱਡਾ ਤੇ ਨਾਲ ਕਹਿੰਦੇ ਜਤਿੰਦਰ ਜੌਹਰ ਵੱਲੋਂ ਸਾਂਝੇ ਤੌਰ ਤੇ 1 ਲੱਖ ਦਾ ਦਿੱਤਾ ਜਾ ਰਿਹਾ ਹੈ। ਅਮਰੀਕ ਆਇਆ ਫਿਰ ਉੱਥੇ ਆਓ ਸਾਹਮਣੇ ਕਹਿੰਦੇ ਬੱਬੂ ਦੀ ਕਬੱਡੀ ਪੈ ਰਹੀ ਹੈ, ਜਹਾਂਗੀਰ ਵਾਲੇ ਕਹਿੰਦੇ ਗੱਗੀ ਦਾ ਵੀ ਧੰਨਵਾਦ ਹੈ, ਬੱਸੀਆਂ ਵਾਲੇ ਕਹਿੰਦੇ ਅਮਰਤ ਚੀਮਾ ਵੀ ਆਇਆ ਹੋਇਆ, ਨਕੋਦਰ ਵਾਲਾ ਮੰਨਾ ਵੀ ਬੈਠਾ ਹੈ, ਜਿਹਨਾਂ ਨੇ ਗੱਲ ਕਰਨੀ ਆਪਣੇ ਵੱਖੋ ਵੱਖ ਪੇਜਾਂ ਦੇ। ਉੱਧਰ ਕਾਲਾ ਕਹਿੰਦੇ ਅੱਟੇ ਵਾਲਾ ਸਾਡਾ ਵੀਰੋ ਤੇ ਨਾਲ ਨਕੋਦਰ ਤੋਂ ਕਹਿੰਦੇ ਅਨਮੋਲ ਹੈ, ਆਪਾਂ ਸਾਰੇ ਵੀਰਾਂ ਦਾ ਧੰਨਵਾਦ ਕਰ ਰਹੇ ਹਾਂ। ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ, ਜਿਹਨਾਂ ਨੇ ਦੁਨੀਆਂ ਨੂੰ ਘਰ ਘਰ ਦੱਸਣਾ ਵੀ ਇੱਥੇ ਆਹ ਕੁਝ ਹੋਇਆ, ਐਡੇ ਵੱਡੇ ਵੱਲ ਪੁੱਜੇ ਸਨ, ਆਓ ਕਹਿੰਦੇ ਕਬੱਡੀ ਪੈਰੀ ਖੇਡਦੇ ਮੈਦਾਨ ਦੇ ਵਿੱਚ ਮੇਰੇ ਮਿੱਤਰੋ। ਧਾਗੇ ਵਾਲਾ ਕਹਿੰਦੇ ਗੁਰਵਿੰਦਰ ਤਿਆਰ ਹੈ, ਆਹ ਮੌਲੀ ਵਾਲਾ ਕਹਿੰਦੇ ਜੱਗੀ ਆਏ, ਆਓ ਗੁਰਵਿੰਦਰ ਦੇ ਕਹਿੰਦੇ ਜੱਗੀ ਦੇ ਦਰਮਿਆਨ ਟੱਕਰ ਮੇਰੇ ਮਿੱਤਰੋ। ਨੰਬਰ ਜਿਹੜਾ ਇਸ ਵੇਲੇ ਰੇਡਰ ਦੇ ਹਿੱਸੇ ਜੁੜਦਾ ਹੋਇਆ, ਆਓ ਪਿੰਡੀ ਕਬੱਡੀ ਕਰਨ ਦੀ ਰੁਪਿੰਦਰ ਗੱਲ ਕਰਨ ਜਾ ਰਹੇ ਹੈ। ਕਰਨ ਦਿਆਲਪੁਰੇ ਮਿਰਜੇ ਵਾਲਾ ਕਰਨ ਕਬੱਡੀ ਪਾ ਰਿਹਾ ਮੇਰੇ ਵੀਰੋ, ਕਰਨ ਦਿਆਲਪੁਰੇ ਮਿਰਜੇ ਵਾਲਾ ਕਬੱਡੀ 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 ਬਾਲ ਸੋਨੀ ਘਣੀ ਵਾਲੀ ਆ, ਜਿਲ੍ਹੇ ਪਟਿਆਲੇ ਦਾ ਨਾਭੇ ਦਾ ਏਰੀਆ, ਨੀਲੇ ਦਾ ਪਿੰਡ, ਡੀਜ਼ਲ ਦਾ ਪਿੰਡ, ਕਾਕੇ ਦਾ ਪਿੰਡ, ਜੱਗੇ ਦਾ ਪਿੰਡ, ਕਾਲੇ ਦਾ ਪਿੰਡ, ਪਰ ਸੋਨੀ ਦਾ ਕਹਿੰਦੇ ਜੱਫਾ ਚੱਕ ਕਲਾਂ ਦੇ ਵਿੱਚ ਟਾਪ ਦਾ ਲੱਗ ਗਿਆ। ਸੀਟਾ ਪੰਡਿਤ ਯੂਕੇ, ਗੋਗਾ ਯੂਕੇ, ਅਮਨ ਯੂਕੇ, ਬਿੱਟੂ ਗੜਦੀਵਾਲ, ਗੀਤਾ ਬਾਜਵਾ, ਪਾਲਾ ਬਾਜਵਾ, ਗੁਰਿੰਦਰ ਯੂਕੇ, ਬਰਾੜ ਯੂਕੇ, ਬੁੱਟਰ ਯੂਕੇ, ਵਿੱਕੀ ਪ੍ਰਧਾਨ ਯੂਕੇ, ਸਾਰੇ ਭਰਾਵਾਂ ਦਾ ਧੰਨਵਾਦ। ਗੁਰਿੰਦਰ ਘਾਂਗੇ ਦੇ 3 ਜੱਫੇ, ਜਤਿੰਦਰ ਜੌਹਰ ਸੁੱਖਾ ਚੱਕਾ, ਪਾਲਾ ਸੋਤਾ ਦੇ 7 ਬਠੱਡੇ ਵੱਲੋਂ 3100 ਦਾ ਮਾਨ ਸਨਮਾਨ ਹੋਊਗਾ। ਆਓ ਕਰਮੀ ਦਾ ਸਾਥੀ ਕਹਿੰਦੇ ਕੇਸ਼ੀ ਕਰਦਾ ਕੋਸ਼ਿਸ਼ ਤੇ ਨੰਬਰ, ਰੇਡਰ ਦਾ ਗੁਰਤਾਜ ਸਿੰਘ ਤਾਜਾ, ਕਾਲੇ ਸੰਘੇ ਪਿੰਡ ਵਾਲਾ ਅਮਰੀਕਾ ਦੇ ਵਿੱਚ ਬੈਠਾ, ਦੀਪੀ ਸਿੱਧੂ ਆਨੰਦ ਮਾਣਦਾ ਵੀ ਮੇਲਾ ਕਹਿੰਦਾ ਟੌਪ ਦਾ ਹੋ ਗਿਆ। ਜਤਿੰਦਰ ਜੌਹਰ ਹੋਣੀ, ਜੇ ਹੋਣੀ, ਜਗਰੂਪ ਹੋਣੀ, ਇਕਬਾਲ ਬ੍ਰਦਰ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ। ਲਓ ਤਾਜੇ ਦੀ ਕਬੱਡੀ ਦੇ ਬੋਲ ਖੋਸਿਆਂ ਵਾਲੇ ਮੀਕੇ ਦੇ। ਆਓ ਸਾਹਮਣੇ ਕਹਿੰਦੇ ਰੇਡ ਪੈਰੀ ਸਦੀ ਯੂਕੇ ਦੇ ਸਾਡਾ ਵੀਰ ਨਵਤੇਜ ਥਾਪਰ ਹੋਣੀ, ਯੂਕੇ ਦੇ ਭਰਾ ਨੇ, ਨਾਲ ਕਹਿੰਦੇ ਮੋਨੂ ਘੁੜਕਾ ਸਾਡਾ ਵੀਰ, ਉਹਨਾਂ ਭਰਾਵਾਂ ਦਾ ਧੰਨਵਾਦ ਹੈ ਜਿਹੜੇ ਮੁਬਾਰਕਾਂ ਲੈ ਕੇ ਕੋਈ ਫੋਨ ਕਰ ਰਿਹਾ ਵੀ ਆਪ ਆਏ ਹੋਏ ਆ। ਇੱਧਰ ਕਹਿੰਦੇ ਰੋਡ ਜਿਹੜੀ ਉਹ ਖੇਡ ਦੇ ਮੈਦਾਨ ਦੇ ਵਿੱਚ ਆਪਾਂ ਦੇਖਾਂਗੇ। ਇੱਧਰ ਕਹਿੰਦੇ ਗੁਰਵਿੰਦਰ ਆਏ, ਨਾਲ ਕੇਸ਼ੀ ਆਏ, ਬਿੰਦੀ ਨੂੰ ਦੁਨੀਆ ਜਾਣਦੀ ਹੈ, ਰਾਹ ਦੇਖਾਂਗੇ। ਬਿੰਦੀ ਇਸ ਵੇਲੇ ਕਰਦਾ ਟਰਾਈ, ਨੰਬਰ ਜਿਹੜਾ ਰੇਡਰ ਦਾ ਦੁੱਲਾ ਮੀਰਾਪੁਰ ਵਾਲੇ ਪਰਮਜੀਤ ਸਿੰਘ ਕੰਗ ਵੱਲੋਂ 500 ਲੱਗ ਗਿਆ ਦੁੱਲੇ ਦੀ ਰੇਡ ਤੇ ਮੇਰੇ ਵੀਰੋ। ਪਰਮਜੀਤ ਸਿੰਘ ਆਖਲ ਵੱਲੋਂ ਲੱਗ ਗਿਆ 500 ਦੁੱਲੇ ਦੀ ਆਹ ਕਬੱਡੀ ਤੇ। ਆਓ ਦੁੱਲਾ ਬੱਗੇ ਪਿੰਡ ਵਾਲਾ
ਨੰਬਰ ਦੁੱਲੇ ਦਾ ਲੈ ਵੀ ਗੱਗੀ ਇਹ 500 ਰੁਪਇਆ ਦੁੱਲੇ ਤੱਕ ਪੁੱਜਦਾ ਕਰਦੇ ਨੌਜਵਾਨ ਇਧਰ ਸਾਡਾ ਵੀਰ ਇੰਦਰ ਕਹਿੰਦਾ ਵੀ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦੇ ਲਈ ਹਰਜਿੰਦਰ ਸਿੰਘ ਕੈਟੀ ਕੈਟੀ ਪਾਲੀ ਦਵਾਲ ਤੇ ਨਾਲ ਤਨਵੀਰ ਸਿੰਘ ਰੰਧਾਵੇ ਹੋਣਾ ਦਾ ਵੱਡਾ ਯੋਗਦਾਨ ਲਿੱਤਰਾਂ ਵਾਲੇ ਦੀਪੇ ਦੀ ਕਬੱਡੀ ਕਾਂਗੇ ਵਾਲਿਆ ਤਿੰਨ ਹੋਣਗੇ ਤਾਂ 3100 ਹੋਣਾ ਕੇਸ਼ੀ ਹੈ ਨਿੰਦੀ ਪੇੜਣਾ ਤੇ ਨਾਲ ਮੱਲੇ ਵਾਲਾ ਗੱਗੀ ਕਹਿੰਦੇ ਐਂ ਟੌਪ ਦਾ ਜਾਫੀ ਕਰਦਾ ਕੋਸ਼ਿਸ਼ ਲਾ ਪਾਊ ਜੱਫਾ ਕੇ ਨਹੀਂ ਮੁਕਾਬਲਾ ਸਖਤ ਨੰਬਰ ਰੇਡਰ ਦਾ ਨੰਬਰ ਇਸ ਵੇਲੇ ਦੀਪੇ ਲਿੱਤਰਾਂ ਵਾਲੇ ਦਾ ਆਓ ਬੱਬੂ ਕਹਿੰਦੇ ਲਸਾੜੇ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਖੇਡ ਦੇ ਮੈਦਾਨ ਦੇ ਵਿੱਚ ਮੰਗੀ ਪੱਗੇ ਵਾਲਾ ਸੰਦੀਪ ਨੰਗਲੰਬੀਆ ਲੱਭੀ ਨੰਗਲ ਇਹ ਪੁੱਗਿਆਂ ਵਾਲਾ ਖੁਸ਼ੀ ਉਹ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ ਉਹਨਾਂ ਵੀਰਾਂ ਦੇ ਸਨਮਾਨ ਕੀਤੇ ਜਾਣੇ ਆ ਉਹ ਭਰਾ ਕਿਰਪਾ ਕਰਕੇ ਜ਼ਰੂਰ ਨੇੜੇ ਆ ਜਾਣ ਉਹਨਾਂ ਦੇ ਸਨਮਾਨ ਕੀਤੇ ਜਾਣਗੇ ਆਓ ਕਹਿੰਦੇ ਉਸ ਵੇਲੇ ਲਸਾੜੇ ਵਾਲਾ ਬੱਬੂ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਰਿਹਾ ਹੋਇਆ ਕਿ ਸਾਨੂੰ ਸੰਗਲ ਦੋਸਤਾਂ ਤੇ ਸਾਡੀ ਹੋਰ ਯਾਰੀ ਦੇ ਚਰਚੇ ਰਾਜੇ ਖੇਲੇ ਸੌ ਰੱਬ ਦੀ ਸੱਜੇ ਯਾਰ ਨਹੀਂ ਜਾਂਦੇ ਪਰਖੇ ਸੱਜੇ ਯਾਰ ਨਹੀਂ ਜਾਂਦੇ ਪਰਖੇ ਉਧਰ ਕਹਿੰਦੇ ਅੱਟੇ ਵਾਲੇ ਤੇ ਬੀੜ ਬੰਸੀਆਂ ਵਾਲੇ ਸੱਜਣ ਵੀ ਅਚੇਤੇ ਤੌਰ ਤੇ ਪੁੱਜੇ ਹੋਏ ਨੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਗਲੀ ਕਬੱਡੀ ਕਰਨ ਦਿਆਲਪੁਰੇ ਵਾਲਾ ਬਠਿੰਡੇ ਵਾਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੇ ਪਾਉਣ ਦੇ ਲਈ ਵਾਧਾ ਹੋਇਆ ਜਾਫੀ 4 ਨੇ ਇੱਕ ਹਰਿਆਣੇ ਤੋਂ ਆਇਆ ਦੂਜਾ ਪਟਿਆਲੇ ਜ਼ਿਲ੍ਹੇ ਦਾ ਵਿਚਕਾਰ ਦੋਨੋਂ ਖਿਡਾਰੀ ਇੱਕੋ ਪਿੰਡ ਦੇ ਨੇ ਤੁਹਾਡੇ ਪਿੰਡ ਡੇਲੋ ਦੇ ਲਾਗੇ ਮੇਰੇ ਪੰਜਾਬੀ ਵੀਰੋ ਰੁੜਕੇ ਦੇ ਲਾਗੇ ਆਹ ਸਾਹਮਣੇ ਕਰਨ ਦੀ ਪਈ ਹੋਈ ਰੇਡ ਜਾਫੀ 4 ਹੁਣ ਚਾਰਾਂ ਦੇ ਵਿੱਚੋਂ ਕੌਣ ਕੋਸ਼ਿਸ਼ ਕਰਦਾ ਹੈ ਗੱਲ ਸਮੇਂ ਦੀ ਹੋਣੀ ਹੈ ਸੋਨੀ ਦੀ ਕੋਸ਼ਿਸ਼ ਹੈ ਤੇ ਨੰਬਰ ਕਰਨ ਦਿਆਲਪੁਰੇ ਵਾਲਾ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਵਾਲਾ ਜੱਗੀ ਮੌਲੀ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਧਰ ਚਾਰ ਜਾਫੀ 4 ਵਾਰ ਤਿਆਰ ਰਹੇ ਚਾਰਾਂ ਦੇ ਵਿੱਚ ਕਹਿੰਦੇ ਉਹ ਤੂਰੇ ਵੀ ਦਾ ਸਰਦਾਰ ਖੜਾ ਉਹ ਤੂਰੇ ਵੀ ਦਾ ਸਰਦਾਰ ਖੜਾ ਨਾਲ ਕੇਸ਼ੀ ਹੈ ਨਾਲ ਨਿੰਦੀ ਆਏ ਤੇ ਨਾਲ ਜੱਗੀ ਆਏ ਉਧਰ ਕਹਿੰਦੇ ਜੱਗੀ ਦੇ ਤਰਵਿੰਦਰ ਦੇ ਨਾਲ ਟੱਕਰ ਮੇਰੇ ਮਿੱਤਰੋ ਜਦੋਂ ਅਮਰੀਕ ਨਹੀਂ ਹੁਰ ਹੁਰ ਹੁੰਦੀ ਏਦਾਂ ਲੱਗਦਾ ਵੀ ਜਿਵੇਂ ਰੇਡਰ ਹੀ ਹੁਰ ਹੁਰ ਕਰਾਈ ਜਾਂਦਾ ਜਾਫੀ ਮੇਰੇ ਵੀਰੋ ਐਨ ਪੂਰਾ ਜ਼ੋਰ ਲੱਗ ਜਾਂਦਾ ਮੇਲਾ ਸਫਲ ਹੋ ਜਾਂਦਾ ਉਹ ਤਾਜ਼ਾ ਕਾਲੇ ਸੰਗਿਆਂ ਵਾਲਾ ਇਸ ਵੇਲੇ ਗੁਰਤਾਜ ਸਿੰਘ ਤਾਜ਼ਾ ਕਾਲੇ ਸੰਗਿਆਂ ਦੀ ਧਰਤੀ ਨੇ ਖੇਡ ਦੇ ਖਿਡਾਰੀ ਵੱਡੇ ਪੈਦਾ ਕੀਤੇ ਨੇ ਵੱਡੇ ਖਿਡਾਰੀ ਮਹਿੰਦਰ ਸਿੰਘ ਮੌਰ ਤੋਂ ਲੈ ਕੇ ਮੇਰੇ ਵੀਰੋ ਜਸਵੀਰ ਘੁੱਗੀ ਹੋਣਾ ਤੋਂ ਲੈ ਕੇ ਦੁਨੀਆਂ ਦੇ ਸਟਾਰ ਆਹ ਸਾਹਮਣੇ ਗੁਰਤਾਜ ਸਿੰਘ ਤਾਜ਼ਾ ਇਹ ਦੀਪੇ ਦਾ ਕਜ਼ਨ ਬ੍ਰਦਰ ਹੈ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ ਮੇਰੇ ਵੀਰੋ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਅਗਲੀ ਕਬੱਡੀ ਲਿੱਤਰਾਂ ਵਾਲੇ ਦੀਪੇ ਦੀ ਫੇਰ ਖੇਡ ਮੈਦਾਨ ਦੇ ਵਿੱਚ ਪੈ ਚੁੱਕੀ ਹੈ ਕਿ ਭੱਜਿਆਂ ਨੂੰ ਹੀ ਕੁੱਝ ਕੇ ਬਾਣ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਲਿਖੇ ਗੱਲ ਲੱਖ ਲੱਖ ਦੀ ਤੇ ਧੁੰਮ ਪੈ ਗਈ ਚੱਕ ਕਲਾਂ ਦੇ ਕਬੱਡੀ ਕੱਪ ਦੀ ਧੁੰਮ ਪੈ ਗਈ ਕਹਿੰਦੇ ਚੱਕ ਕਲਾਂ ਦੇ ਕਬੱਡੀ ਕੱਪ ਦੀ ਉਧਰ ਸਾਡੇ ਰਜਿੰਦਰਪਾਲ ਘੁੰਮਣ ਜੀ ਸਾਡੇ ਰੀਡਰ ਸਾਹਿਬ ਉਹ ਵੀ ਕਹਿੰਦੇ ਮੁਬਾਰਕਾਂ ਦੇ ਰਹੇ ਲਾਈਵ ਦੇਖ ਰਹੇ ਆ ਇੱਕ ਵੱਡੀ ਸ਼ਖਸੀਅਤ ਹੈ ਰਜਿੰਦਰਪਾਲ ਘੁੰਮਣ ਜੀ ਉਹ ਵੀ ਮੁਬਾਰਕਾਂ ਦੇ ਰਹੇ ਦੇ ਦਿਲੋਂ ਧੰਨਵਾਦ ਹੈ ਜਦੋਂ ਕਹਿੰਦੇ ਕੋਈ ਭਾਰਾ ਜਾਸੀ ਮੂਹਰੇ ਹੁੰਦਾ ਜਾਂ ਨਗਲੰਬੀਆਂ ਦਾ ਸੰਦੀਪ ਫੜ ਜਾਂਦਾ ਜਾਂ ਕਹਿੰਦੇ ਪੱਗਿਆਂ ਵਾਲਾ ਕਿੱਡ ਫੜ ਜਾਂਦਾ ਜਾਂ ਖੁਸ਼ੀ ਮੂਹਰੇ ਫੜ ਜਾਂਦਾ ਜਾਂ ਪਾਲਾ ਮੂਹਰੇ ਫੜ ਜਾਂਦਾ ਹੈ ਰੱਜੀ ਦੀ ਕੋਸ਼ਿਸ਼ ਸੋਹਣੀ ਲੱਗੀ ਤਾਂ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦੋ ਮੇਰੇ ਵੀਰੋ ਅੱਜ ਰੱਜੀ ਨੇ ਕਹਿੰਦੇ ਕਮਾਲ ਕਰ ਦਿੱਤੀ ਹੈ ਆਹ ਮੰਗੂ ਲੱਖਣ ਕੇ ਪੱਡੇ ਕਹਿੰਦੇ ਸੁਖੀ ਤੇਜੀ ਹੋਣਾ ਦਾ ਪਿੰਡ ਹੈ ਅਰਵਿੰਦ ਪ੍ਰਧਾਨ ਵੀ ਪੁੱਜਿਆ ਆਹ ਸਾਹਮਣੇ ਵੇਖਣਾ ਵੀ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੰਗੂ ਦੀ ਪਈ ਹੋਈ ਰੇਡ ਜਾਫੀ 4 ਦੇ ਨੇੜੇ ਵਾਲਾ ਨਿੰਦੀ ਲੱਭੀ ਦਾ ਕਜ਼ਨ ਨਾ ਪਾਉ ਜੱਫਾ ਕੇ ਨਹੀਂ ਪਰ ਪੁਆਇੰਟ ਜਿਹੜਾ ਇਸ ਵੇਲੇ ਸਟੋਪਰ ਦਾ ਦੇ ਨੇੜੇ ਵਾਲਾ ਨਿੰਦੀ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰ ਗਿਆ ਉਧਰ ਖਾਨ ਵਾਲੀ ਜਿੰਦਰ ਹੈ
ਇਧਰ ਕਹਿੰਦੇ ਮਨਦੀਪ ਮਹਿੜੂ ਪੰਮਾ ਗਾਂਧਰੀ ਹੈ ਤੇ ਨਾਲ ਬੱਲੀ ਸੰਧੂ ਹੋਣੀ ਹੈ ਔਰ ਸਾਹਮਣੇ ਵੇਖਣਾ ਵੀ ਕਬੱਡੀ ਬੱਬੂ ਦੀ ਤੇ ਜਾਫੀ ਰੱਜੀ ਭੁੱਲਣ ਵਾਲਾ ਹੁਣੇ ਹੁਣੇ ਪਤਾ ਲੱਗਿਆ ਵੀ ਪੰਜਾਬ ਦਾ ਲਾਸਟ ਵਾਲਾ ਪਿੰਡ ਹੈ ਭੁੱਲਣ ਫਿਰ ਹਰਿਆਣਾ ਸ਼ੁਰੂ ਹੋ ਜਾਂਦਾ ਆਹ ਕਮਾਲ ਕਰਦਾ ਹੋਇਆ ਲਾ ਤਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰ ਗਿਆ ਇਹ ਰੱਜੀ ਹੈ ਭੁੱਲਣ ਵਾਲਾ ਉਹ ਰੱਜੀ ਅੱਜ ਵੱਡੇ ਵੱਡੇ ਰੇਡਰ ਨੇ ਧੱਕਲੇ ਵਾਂਗੂ ਸਿੱਧੇ ਕੀਤੇ ਆ ਇਹਨੇ ਧੱਕਲੇ ਵਾਂਗੂ ਸਿੱਧੇ ਕੀਤੇ ਆ ਅਗਲੀ ਰੇਡ ਕਹਿੰਦੇ ਉਸ ਵੇਲੇ ਆਹ ਲੁੱਟਰਾਂ ਵਾਲੇ ਮੁੰਡੇ ਵੀ ਜੀ ਕਹਿੰਦੇ ਦੁਨੀਆ ਵੀ ਬਣੀ ਹੈ ਪਰ ਕਹਿੰਦੇ ਨਿੰਦੀ ਵਰਗੇ ਉਹ ਜੱਗੀ ਵਰਗੇ ਉਹ ਮੁੰਡੇ ਕਹਿੰਦੇ ਕੇਸ਼ੀ ਵਰਗੇ ਉਹ ਕਰਮੀ ਵਰਗੇ ਵੀ ਕਹਿੰਦੇ ਇੱਕ ਵੱਡੀ ਟੀਮ ਅੱਜ ਖੇਡ ਰਹੀ ਹੈ ਆਹ ਕਹਿੰਦੇ ਮੱਲੇ ਵਾਲਾ ਪਰ ਟੱਚ ਡਬਲ ਤੇ ਨੰਬਰ ਜਿਹੜਾ ਹੈ ਰੇਡਰ ਦੇ ਹਿੱਸੇ ਜੁੜਦਾ ਹੋਇਆ ਉਧਰ ਕਹਿੰਦੇ ਕਰਨ ਖਿਆਲਪੁਰੇ ਵਾਲਾ ਰੇਡ ਪਾਉਣ ਦੇ ਲਈ ਵਧਿਆ ਹੋਇਆ ਰੱਜੀ ਤਿਆਰ ਹੈ ਨਾਲ ਸੋਨੀ ਹੈ ਨਾਲ ਪਿੱਲਾ ਨਾਲ ਬਿੰਦੂ ਹੈ ਵੱਡੇ ਮਾਲਣੇ ਕਬੱਡੀ ਦੇ ਉਹ ਕਹਿੰਦੇ ਗਜ ਗਜ ਚੌੜੀਆਂ ਛੱਡੀਆਂ ਉਹ ਖੜ ਕੇ ਵਿੱਚ ਮੈਦਾਨਾਂ ਦੇ ਉਹ ਗਜ ਗਜ ਚੌੜੀਆਂ ਛੱਡੀਆਂ ਖੜ ਕੇ ਵਿੱਚ ਮੈਦਾਨਾਂ ਦੇ ਉਹ ਕਹਿੰਦੇ ਕਰਨ ਇੱਕ ਤਕੜਾ ਨੰਬਰ ਜੋੜਦਾ ਹੋਇਆ ਅਗਲੀ ਰੇਡ ਕਹਿੰਦੇ ਪੈਰੀ ਹੈ ਤੇ ਗੱਲ ਰਕਿੰਦਰ ਨੇ ਕਰਨੀ ਮੈਂ ਇੱਕ ਬੇਨਤੀ ਕਰਦਾ ਜੀ ਦੋਨੋਂ ਟੀਮਾਂ ਨੂੰ ਵੀ ਪਲੀਜ਼ ਗਰਾਊਂਡ ਦੇ ਵਿੱਚ ਰਸ਼ ਬਹੁਤ ਹੈ ਆਪਾਂ ਗਰਾਊਂਡ ਕਲੀਅਰ ਕਰੀਏ ਤੇ ਫਿਰ ਸਵਾਦ ਆਉਣਾ ਲੋਕਾਂ ਨੂੰ ਕਬੱਡੀ ਦਾ ਗਰਾਊਂਡ ਕਲੀਅਰ ਕਰ ਦਿਓ ਬੜੀ ਮਿਹਰਬਾਨੀ ਹੋਵੇਗੀ ਜਿਹੜੇ ਮੇਰੇ ਵੀਰ ਗਰਾਊਂਡ ਦੇ ਵਿੱਚ ਜ਼ਿਆਦਾ ਖੜੇ ਹੈ ਪਲੀਜ਼ ਗਰਾਊਂਡ ਨੂੰ ਕਲੀਅਰ ਕਰ ਦਿਓ ਲਓ ਇੱਕ ਪਾਸੇ ਗੁਰਵਿੰਦਰ ਘਾਂਗਾ ਗੁਰਵਿੰਦਰ ਘਾਂਗੇ ਵਾਲਾ ਸਵਾਦ ਦਾ ਜੱਫਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਦੂਜਾ ਜੱਫਾ ਲੱਗ ਗਿਆ 3100 ਦਾ ਮੇਰੇ ਵੀਰੋ ਇੱਕ ਜੱਫਾ ਜਿਹੜਾ ਬਾਕੀ ਹੈ ਹਾਫ ਟਾਈਮ ਚੱਲਦੇ ਹੋਏ ਮੈਚ ਦਾ ਹੋ ਚੁੱਕਾ ਹੈ ਚੱਕ ਕਲਾਂ ਦਾ ਮੇਲ ਕੋਡਰ ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਸਰੀ ਦਾ ਫਾਈਨਲ ਮੈਚ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਖੇਡਿਆ ਜਾ ਰਿਹਾ ਤੇ ਬਾਬਾ ਜੀ ਭੱਜ ਕੇ ਆਇਓ ਜਰਾ ਵੀ ਕਿੰਨੇ ਕਿੰਨੇ ਜਿਹੜੇ ਸਕੋਰ ਨੇ ਇਸ ਮੈਚ ਦੇ ਕੀ ਰਚਾਰ ਹੋ ਗਏ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦੇ ਨੰਬਰ ਨੇ 11 ਤੇ ਬਾਬਾ ਮੁਰਾਦ ਸ਼ਾਹ ਕਬੱਡੀ ਕਲੱਬ ਸਰੀ ਦੇ ਨੰਬਰ ਨੇ 19.5 11 19.5 ਦਾ ਮੁਕਾਬਲਾ ਮੇਰੇ ਵੀਰੋ 11 19.5 ਉਧਰ ਕਹਿੰਦੇ ਸਨਮਾਨ ਹੋਣ ਲੱਗਿਆ ਕਬੱਡੀ ਦਾ ਵੱਡਾ ਪ੍ਰਮੋਟਰ ਹੈ ਲੱਭੀ ਨੰਗਲ ਸਾਡਾ ਵੀਰ ਹੈ ਵੱਡੇ ਭਰਾ ਦਾ ਸਨਮਾਨ ਕੀਤਾ ਜਾਣਾ ਹੈ ਲੱਭੀ ਨੰਗਲ ਨਾਲ ਕਹਿੰਦੇ ਤੁੱਗਿਆਂ ਵਾਲੇ ਤੁੱਗ ਤੁੱਗ ਦਾ ਸਨਮਾਨ ਹੋਵੇਗਾ ਲੈ ਵੀ ਅਮਰੀਕ ਸਿਆ ਆਹ ਮੈਚ ਨੂੰ ਵੇਖਣ ਵਾਲਿਆਂ ਦੀ ਗਿਣਤੀ ਯੂਟਿਊਬ ਤੇ ਕਬੱਡੀ 365.com ਦੇ ਜ਼ਰੀਏ 19,300 ਤੇ 10 ਜਿਹੜੇ ਦਰਸ਼ਕ ਨੇ ਉਹ ਪੂਰੀ ਦੁਨੀਆ ਦੇ ਵਿੱਚ ਬੈਠੇ ਲਾਈਵ ਇਸ ਮੈਚ ਦਾ ਆਨੰਦ ਹੈ ਜਿਹੜਾ ਕਬੱਡੀ 365.com ਦੇ ਜ਼ਰੀਏ ਮਾਰ ਰਹੇ ਹੈ ਸਾਰੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਫਾਈਨਲ ਮੈਚ ਖੇਡਿਆ ਜਾ ਰਿਹਾ ਨੰਗਲ ਵਾਲੇ ਲੱਭੀ ਦਾ ਮਹਾਨ ਖੇਡ ਪ੍ਰਮੋਟਰ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਕੀਤਾ ਜਾ ਰਿਹਾ ਲਓ ਕਬੱਡੀ ਖੇਡ ਮੈਦਾਨ ਦੇ ਵਿੱਚ ਫਿਰ ਪੈ ਚੁੱਕੀ ਹੈ ਜਾਫੀ 4 ਨੇ ਇੱਕ ਪਾਸੇ ਗੱਗੀ ਮੱਲਾ ਦੂਜੇ ਪਾਸੇ ਨਿੰਦੀ ਬੇੜਾ ਛੋਟਾ ਗੱਗੀ ਤੇ ਨਾਲ ਇਸ ਵੇਲੇ ਕਹਿੰਦੇ ਮੱਲੇ ਵਾਲਾ ਗੱਗੀ ਮੱਲੇ ਵਾਲਾ ਗੱਗੀ ਕਰਦਾ ਕੋਸ਼ਿਸ਼ ਲੱਗਿਆ ਜ਼ੋਰ ਲੱਗਿਆ ਜ਼ੋਰ ਲੱਗਿਆ ਜ਼ੋਰ ਮੁਕਾਬਲਾ ਸਖਤ ਹੁਣ ਜੱਗੀ ਤੇ ਗੱਗੀ ਜੱਗੀ ਤੇ ਆਓ ਜੱਗੀ ਤੇ ਗੱਗੀ ਕੁਝ ਤਾਂ ਰੌਲਾ ਪਾਉਂਦੇ ਆ ਲੋਕ ਵੀ ਸਵਾਦ ਆ ਰਿਹਾ ਕੁਝ ਰੌਲਾ ਉਹ ਪਾਉਂਦੇ ਜਿਨ੍ਹਾਂ ਨੂੰ ਕੁਝ ਦਿਖਾਈ ਨਹੀਂ ਦਿੰਦਾ ਇਹ ਮੇਰੀ ਬੇਨਤੀ ਹੈ ਵੀ ਰਸ਼ ਘੱਟ ਕਰ ਲਓ ਗਰਾਊਂਡ ਤੋਂ ਰਸ਼ ਘੱਟ ਕਰ ਲਓ ਗਰਾਊਂਡ ਤੋਂ ਉਹ ਰੌਲਾ ਜਿਹੜਾ ਦੋਨੇ ਪਾਸੇ ਹੀ ਪੈ ਰਿਹਾ ਕੁਝ ਉਹ ਪਾਉਂਦੇ ਜਿਨ੍ਹਾਂ ਨੂੰ ਨਜ਼ਾਰਾ ਆਈ ਜਾਂਦਾ ਕੁਝ ਉਹ ਪਾਉਂਦੇ ਜਿਨ੍ਹਾਂ ਨੂੰ ਜੀਦਾ ਹੀ ਕੁਛ ਨਹੀਂ ਇਹ ਮੇਰੀ ਬੇਨਤੀ ਹੈ ਕਿਰਪਾ ਕਰਕੇ ਗਰਾਊਂਡ ਤੋਂ ਰਸ਼ ਘੱਟ ਕਰ ਲਿਆ ਜਾਵੇ ਉਧਰ ਨੰਗਲੰਬੀਆਂ ਵਾਲੇ ਸੰਦੀਪ ਦਾ ਸਨਮਾਨ ਹੋਇਆ ਦੁੱਗਿਆਂ ਵਾਲੇ ਖੁਸ਼ੀ ਦਾ ਸਨਮਾਨ ਹੈ ਬੱਗੇ ਵਾਲੇ ਤਿੰਗ ਦਾ ਸਨਮਾਨ ਹੈ ਨੰਗਲ ਵਾਲੇ ਕਹਿੰਦੇ ਲੱਭੀ ਵਾਲੀ ਦਾ ਸਨਮਾਨ ਉਹ ਦੇਖਾਂਗੇ ਤਾਜਾ ਤਾਜੇ ਦੀ 1 ਕਰੋੜ ਹੋਰ ਪਵੇਗੀ ਤੇ ਕੁਵਿੰਦਰ ਸ਼ਰਮਣੀ ਉਹ ਭਰਾ ਵੱਲੋਂ 500 ਦਿੱਤਾ ਜਾਵੇਗਾ ਰੇਡ ਦਿੱਤੇ ਦੀ ਮੈਂ ਕਹਿੰਦੇ ਵੱਡਾ ਵੇ ਰੁਕਣ ਕਰਦਾ ਹੋਇਆ ਦਿੱਤਾ ਬਾਹਰ ਦਿੱਤਾ ਕਿ ਫਿੱਟੂ ਤੇ ਪ੍ਰੀਤਾ ਦੇਵੀ ਦਿਆਲ ਵਰਗੇ ਦੁਨੀਆ ਤੇ ਵੱਖਰੀ ਮਿਸਾਲ ਕਰਕੇ ਤਾਰਾ ਪੰਮੀ ਲੱਖਾਂ ਫੁੱਲ ਨੇ ਗੁਲਾਬ ਦੇ ਖੇਡਦੇ ਕਬੱਡੀ ਗੱਭਰੂ ਪੰਜਾਬ ਦੇ ਖੇਡਦੇ ਕਬੱਡੀ ਆ 3100 ਪਰ ਐਵੇਂ ਕਹਿੰਦਾ ਹਵਾ ਜੀ ਛੱਡ ਗਿਆ ਹਵਾ ਜੀ ਪਰ ਨੰਬਰ ਰੇਡਰ ਦਾ ਡੈਣੀ ਹੱਸਦਾ ਦੁੱਲਾ ਫੇਰ ਆ ਗਿਆ ਦੁੱਲਾ ਫੇਰ ਆ ਗਿਆ ਪਰਮਜੀਤ ਬਾਖਲ ਵੱਲੋਂ ਦੁੱਲਾ 1000 ਦੀ ਹੈ ਪਰਮਜੀਤ ਬਾਖਲ ਵੱਲੋਂ ਦੁੱਲੇ ਦੀ ਦੁੱਲੇ ਭਾਜੀ ਦੀ ਇਸ ਰੇਡ ਤੇ ਅਨਮੋਲ ਸਿੰਘ ਹਾਲੈਂਡ ਸਨ ਅਮਰਜੀਤ ਸਿੰਘ ਜੀ ਬੁਆਲ ਦੇ ਲੜਕੇ ਵੱਲੋਂ ਅਮਨਦੀਪ ਵੱਲੋਂ 1100 ਰੁਪਇਆ ਇਨਾਮ ਜਿਹੜਾ ਜੱਫਾ ਲਾਊਗਾ ਉਸ ਨੂੰ ਨਹੀਂ ਤਾਂ ਦੁੱਲੇ ਨੂੰ 1100 ਅਮੋਲ ਸਿੰਘ ਹਾਲੈਂਡ ਵੱਲੋਂ
सच्चे पाशा जफा रज्जी ने भूलण वाले का परमजीत सिंह जी वो कृपा करके हजार रुपया पुगदा कर देन परमजीत गाखल जी उन्होंने बेनती है भी हजार पुगदा कर देन परमजीत गाखल जी उन्होंने बेनती है वो एक हजार रुपया पुगदा कर देन मेरी हथ बन के बेनती है अगली कबड्डी फिर खेड मैदान मेरे वीरो 22 फरवरी कहते लांडरा का कप खेडा जाना है नरेंद्र बिट्टू दुगाल की याद में सुखमन चोले की याद में गगन जलाल की याद में जैजी लांडरा हुई सदा दे रहे ने एक पासे गुरविंदर घांगा कहते उस इलाके का जिस इलाके का हांडा आर्मी वाले का बड़ा तकड़ा खिलाड़ी हुआ है 40 साल तकड़ा खेडा है जवानी के पैर भी बढ़िया खेडा है आओ सामने देखना भी इस वे कबड्डी 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 करनी दूजे पासे रजी भूलण वाला दयालपुरे वाला उस ग्राउंड च उठे है जिस ग्राउंड ने कहने जलाल जिस ग्राउंड ने हॉलैंड जी जो पैसे पुजते करते हैं हॉलैंड तो साढ़े अनमोल सिंह जी ने बड़े मान उन्होंने पुजते किए 1100 बहुत बड़ा धन्यवाद है आओ रोड पै रही है दीपे के भी चर्चे है मित्रा वाले मुंडे भी कहते दुनिया भी बानी है असी चार रे आओ कौन बल्ले बल्ले करा देगा बल्ले वाले वो देख रहे पिंड च कड़ा बरूद भरिया कहते लंबी का कजन ये धरोने वाले काले भी भूआ का मुंडा ये कहते बिंदी पेड़ने वाला जिन्हें ट्राई की है लाओ ताके भी कबड्डी फिर पिंबर बोल हो गए गुरताज सिंह ताजा दीपे संगे नु मान है मेरे वीरो इस वे खेड मैदान ताजे की कबड्डी है नौजवान गबरू की खेड मैदान पै चुकी है जाफी चार ने एक पासे सोनी है घनीवाल पिंड है जिला पटियाला नाभे के लागे पिंड है और दूजे पासे काले संघिया वाला काले संघिया वाला स्पीड भी बड़ी है ते मनिया ब्रेक भी बड़े है मैनेजर साहब एन गल्लां वखरियां कर जांदा है पर अगली कबड्डी कौन इस वे खेड मैदान मेरे वीर पाउण वध्या हो जाफी चार ने बाबा मुराद शाह कबड्डी क्लब सरी की टीम ने हुण वेखना भी दशमेश नकोदर की टीम का हुण चार जाफिया ने बोलदा है एन धावा ने निंदी बेड़ने वाला करदा कुछ पर सॉरी गगी मल्ले की कोशिश है ये कहते गगी लोपो के इलाके का खिलाड़ी है पर सामने पॉइंट रेडर का कबड्डी करन भी पैन जा रही है करन दयालपुरे वाला 19 फरवरी मनदीप धामी नाल कहने स्वर्णे होनी रौके वाले जतेंद्र जौहल होनी कहने भी निहाल सिंह वाले वड्डा कप होगा दयालपुरे वाले करन की कबड्डी है मुबारकबाद है चक्का वाले सुखे नो आओ सामने करन की रेड दे या फिर चार ने हुण चारां दे विचों कौन हुण कौन हुण कौन हुण कौन कोशिश करदा है कौन जफा लाऊ मेरे पंजाबी दी रोते नंबर करन दयालपुरे वाले नंबर करन से जुड़ता है उधर किशनपुरे वाला रूपा साडा वीर अमरीक एक मिनट जिंदी जौहल दा विशेष तौर ते धन्यवाद है सुखे चक्का वालों आज दे कबड्डी कप दे विच पुज्जण ते सुखे चक्का वालों ते उहदे सारे साथियों वालों हां जी अमरीक आओ सामने कहिंदे रेड उस वेले पै रही है आ मुंडे दी निगाह कहिंदे मोटरसाइकिल दे उपर है पर धागे वाला कहिंदे नेड़े पेड़े खड़ा मोटरसाइकिल दे आओ कबड्डी पै रही है आ कहिंदे जगरावां दे रही है ए आ मल्ले पिंड दा ਕੱਗੀ ਮੇਰੇ ਮਿੱਤਰੋ ਜਿਹਨੇ ਕਹਿੰਦੇ ਵੀ ਟਰਾਈ ਤੇ ਕੀਤੀ ਹੈ ਲਓ ਤਾਕੇ ਵੀ ਕਬੱਡੀ ਭੈ ਰਹੀ ਹੈ ਜਤਿੰਦਰ ਭਰਾ ਸਾਡਾ ਬੈਠਾ ਹੋਣਾ ਅਮਰੀਕਾ ਦੇ ਵਿੱਚ ਸੱਤੇ ਹੋਣੀ ਬੈਠੇ ਕਹਿੰਦੇ ਇੰਗਲੈਂਡ ਦੇ ਵਿੱਚ ਜਤਿੰਦਰ ਜਰਮਨੀ ਵਾਲੇ ਕਹਿੰਦੇ 500 ਲੱਗਾ ਹੋਇਆ ਹੈ ਆ ਰੋਡ ਦੇ ਉੱਪਰ 500 ਦਿੱਤਾ ਜਾਣਾ ਹੈ ਜਤਿੰਦਰ ਕਹਿੰਦੇ ਜਰਮਨੀ ਵਾਲਾ ਵੀਰ ਸਾਡਾ ਉਹ ਧਰਤੀ ਜਰਮਨ ਵੀ ਉਹ ਧਰਤੀ ਜਰਮਨ ਜਰਮਨ ਵੀ ਜਿਹਨੇ ਕਹਿੰਦੇ ਹਿਟਲਰ ਪੈਦਾ ਕੀਤਾ ਹਾਂ ਮੈਂ ਤੈਨੂੰ ਇਹੀ ਕਹਿਣ ਲੱਗਿਆ ਸੀ ਇਤਿਹਾਸ ਵੀ ਜ਼ਰੂਰ ਸੁਣਾ ਦੇ ਹੁਣ ਕਿਹਦੇ ਸਾਰਿਆਂ ਦਾ ਪਿੰਡ ਹੈ ਇਹ ਬਾਅਦ ਦੇ ਵਿੱਚ ਦੱਸੂਗਾ ਇਹ ਸਾਰੀ ਸਟੋਰੀ ਹੈ ਜਿਹੜੀ ਅਮਰੀਕ ਨੂੰ ਪਤਾ ਹੈ ਅਮਰੀਕ ਸਾਡੀ ਖੇਡ ਕਬੱਡੀ ਦਾ ਪ੍ਰਸਿੱਧ ਬੁਲਾਰਾ ਹੈ ਬੜੇ ਥੋੜੇ ਸਮੇਂ ਦੇ ਵਿੱਚ ਵੱਡੀ ਤਰੱਕੀ ਕੀਤੀ ਹੈ ਪਰ ਲੱਗਿਆ ਬਹੁਤ ਲੰਬੇ ਸਮੇਂ ਤੋਂ ਮੈਨੂੰ ਅੱਜ ਵੀ ਯਾਦ ਹੈ 2004-05 ਦੇ ਵਿੱਚ ਦਿਆਲਪੁਰੇ ਜਦੋਂ ਮੇਲਾ ਹੋਇਆ ਨਾ ਵਿਸਾਖੀ ਤੇ ਸਾਡੇ ਉਦੋਂ ਆਇਆ ਸੀਗਾ ਨਿਰਭੈ ਦੇ ਨਾਲ ਪਰ ਆਹ ਸਾਹਮਣੇ ਵੇਖਣਾ ਕੌਣ ਇਹ ਉਹੀ ਹੈ ਇਹ ਲੱਭੀ ਗਿਆਲਾ ਜਿਹੜਾ ਜੱਫੇ ਲਾ ਲਾ ਕੇ ਐਨ ਸਵਾਦ ਲਿਆ ਦਿੰਦਾ ਮੇਰੇ ਵੀਰੋ ਇਹ ਲੱਭੀ ਦਾ ਵੀਰ ਹੈ ਔਰ ਕਰਨ ਦਿਆਲਪੁਰੇ ਵਾਲਾ ਦਿਆਲਪੁਰਾ ਕਰਨ ਦਿਆਲਪੁਰਾ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚੜ੍ਹਦੀ ਬਰੇਸ ਹੈ ਐਨ ਟੇਕੇ ਕਬੱਡੀ ਪਾਉਂਦਾ ਹੈ ਜਾਫਰੀ ਚਾਰ ਨੇ ਰੱਜੀ ਜਾਂ ਫਿਰ ਬਿੰਦੂ ਢੋਡਿਆ ਵਾਲਾ ਕਰਦਾ ਕੋਸ਼ਿਸ਼ ਲਾ ਪਾਊ ਜੱਫਾ ਕੇ ਨਹੀਂ ਗੱਲ ਸਮੇਂ ਦੀ ਮੁਕਾਬਲਾ ਸਖਤ ਲੜ ਫੜਿਆ ਗਿਆ ਗੁੱਟ ਕੈਂਚੀ ਵੀ ਬਚ ਗਈ ਹੈ 50% ਜੱਫਾ ਪੱਕਾ ਹੈ ਪਰ 30 ਸੈਕਿੰਡ ਦਾ
ਸਮਾਂ ਜਿੰਨਾ ਟਾਈਮ ਨਹੀਂ ਬੀਤਾ ਉਹਨਾਂ ਟਾਈਮ ਕੁਝ ਨਹੀਂ ਕਹਿ ਸਕਦੇ, ਉਹਨਾਂ ਟਾਈਮ ਕੁਝ ਨਹੀਂ ਕਹਿ ਸਕਦੇ। ਮੁੰਡਾ ਵੇਰ ਕੇ ਆਉਂਦਾ ਹੈ। ਉਧਰ ਦੀਪਾ ਕਹਿੰਦੇ ਲਿੱਤਰਾਂ ਵਾਲਾ ਕਬੱਡੀ ਪਾ ਰਿਹਾ, ਉਹ ਛੱਡੋ ਬੇਰੜੇ ਵਾਲੇ ਨੂੰ, ਉਹ ਬੱਲੇ ਬੱਲੇ ਹੋ ਗਈ ਨਿੰਦੀ, ਉਹਦਾ ਕੁਝ ਨਾ ਕੁਝ ਕਰਨਾ ਪੈਣਾ। ਇਹ ਰੀੜ ਦੀ ਹੱਡੀ ਆ ਲਪੋਦਰ ਦੀ ਟੀਮ ਦੀ, ਕਿਉਂਕਿ ਜਿੰਦਰ ਵਾਰ ਵਾਰ ਭੇਜਦਾ ਖੰਡ ਵਾਲੀ ਉੱਥੇ ਹੀ ਮੋੜ ਦਿੰਦਾ, ਜਿਵੇਂ ਕਾਲਾ ਕਹਿੰਦਾ ਹੁੰਦਾ ਜੇ ਪੱਕੀ ਕੰਧ ਚ ਕੱਲ ਟਕਾ ਕੇ ਠੋਕਿਆ ਹੋਵੇ ਨਾ, ਫਿਰ ਪਛਤਾਉਣ ਦੀ ਲੋੜ ਨਹੀਂ ਪੈਂਦੀ, ਦਵਿੰਦਰ ਸਿੰਘ ਜੀ ਜਰਮਨੀ ਵਾਲੇ 500 ਰੁਪਿਆ ਦੁੱਲੇ ਦੀ ਆਹ ਕਬੱਡੀ ਦਾ ਬੱਗੇ ਪਿੰਡ ਵਾਲਾ ਬਲਵੀਰ ਸਿੰਘ ਆਖੀਏ ਤੇ ਕੋਈ ਨਹੀਂ ਜਾਣਦਾ, ਆਖੀਏ ਵੀ ਦੁੱਲਾ ਕਬੱਡੀ ਪਾ ਰਿਹਾ, ਦੁਨੀਆ ਜਾਣਦੀ ਹੈ। ਮੰਗੀ ਦੀ ਗੱਲ, ਭੂਰੀ ਦੀ ਗੱਲ, ਪੰਮੇ ਹੋਣੀ, ਰਿੱਕੀ ਹੋਣਾ ਦੀ ਗੱਲ, ਇਹ ਪ੍ਰਸਿੱਧ ਨੇ। ਔਰ ਸਾਹਮਣੇ ਵੇਖਣਾ ਵੀ ਦੁੱਲਾ ਇਸ ਵੇਲੇ ਪੁਆਇੰਟ ਲੈ ਕੇ ਵਾਪਸ ਗਿਆ ਆਪਣੀ ਟੀਮ ਦੇ ਲਈ, ਗਿੰਦੇ ਹੋਣੀ ਆਸਟ੍ਰੇਲੀਆ ਖੇਡਦੇ ਨੇ। ਔਰ ਸਾਹਮਣੇ ਅਗਲੀ ਕਬੱਡੀ ਦੀਪਾ ਫੇਰ ਕੇ ਪਾ ਰਿਹਾ, ਦੀਪਾ ਉਹਨੇ ਤੀਜੀ ਪਾਉਣੀ ਸੀ ਪਰ ਰੋਕਦਾ ਰੈਫਰੀ ਨੇ, ਕਹਿੰਦਾ ਤੀਜੀ ਪਾ ਨਹੀਂ ਸਕਦਾ, ਫੈਸਲੇ ਹੋ ਜਾਣਗੇ। ਨਿੰਦੀ ਨੂੰ ਵੀ ਪਤਾ ਵੀ ਦੀਪੇ ਦਾ ਕੁਝ ਨਾ ਕੁਝ ਕਰਨਾ ਪੈਣਾ ਹੈ, ਦੇਣੇ ਵਾਲਿਆਂ ਲਈ ਤੇਰੇ ਰੋਡਰਾਂ ਨੂੰ ਪਾਸੇ ਖੜ ਕੇ ਦੇਖਣਾ ਪੈਣਾ, ਜੋ ਦੀਪਾ ਲਿੱਤਰ ਵਾਲਾ ਬਹਿ ਗਿਆ ਮੋਟਰਸਾਈਕਲ ਤੇ, ਦੀਪਾ ਬਹਿ ਗਿਆ ਮੋਟਰਸਾਈਕਲ ਤੇ, ਫਿਰ ਤੇ ਸਬਰ ਹੀ ਕਰਨਾ ਪੈਣਾ। ਆਓ ਮੁੰਡਾ ਆ ਗਿਆ ਰੁਪਿੰਦਰ, ਕਰ ਗੱਲ ਲਿੱਤਰਾਂ ਵਾਲਾ ਦੀਪਾ, ਲਿੱਤਰਾਂ ਵਾਲਾ ਦੀਪਾ ਕੇ ਮੁੜਕੋ ਮੁੜਕੀ ਹੋ ਗਿਆ, ਵੇਖੋ ਜ਼ੋਰ ਚੋਪੜਾ ਦਾ, ਪੰਡਾ ਵੀ ਨਹੀਂ ਚੁੱਪਦਾ ਕਿਸਮਤ ਖੋਰ ਚੋਪੜਾ ਦਾ, ਚੜ੍ਹਦੀ ਉਮਰ ਗਰਮ ਖੂਨ ਲਲਕਾਰੇ ਤਾਂ ਵੱਜਦੇ, ਰਾਜੇ ਖੇਲੇ ਮਰਦ ਮਦਾਨੋ, ਡਰ ਕੇ ਨਹੀਂ ਭੱਜਦੇ, ਰਾਜੇ ਖੇਲੇ ਮਰਦ ਮਦਾਨੋ, ਡਰ ਕੇ ਨਹੀਂ ਭੱਜਦੇ। ਉਹ ਮੁੰਡਾ ਦੀਪਾ ਹੌਸਲੇ ਨਾਲ ਕਬੱਡੀਆਂ ਪਾ ਗਿਆ, ਪਾਵੇ ਵੀ ਕਿਉਂ ਨਾ, ਪਿੰਡ ਨੇੜੇ ਹੈ ਮੇਰੇ ਵੀਰੋ, ਲੋਕ ਵੇਖਦੇ ਹੋਣਗੇ ਘਰਾਂ ਦੇ ਵਿੱਚ ਲਾਈਵ ਵੀ ਮੇਲਾ ਮੇਰੇ ਵੀਰੋ ਚੱਕਾਂ ਦੇ ਵਿੱਚ ਚੱਲ ਰਿਹਾ, ਤੇ ਮੈਚ ਸ੍ਰੀ ਦਾ ਤੇ ਨਿਕੋਦਰ ਦਾ ਬੜਾ ਫਸਿਆ ਹੋਇਆ। ਮੁੰਡਾ ਬਠਿੰਡੇ ਤੋਂ ਆਇਆ, ਮਾਲਵੇ ਦੀ ਧਰਤੀ ਹੈ, ਕਿ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ, ਇੱਥੇ ਗਿੱਧਿਆ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ, ਇਹ ਮਾਲਵੇ ਦੀ ਧਰਤੀ ਦਾ। ਉਹ ਸਾਹਮਣੇ ਵੇਖਣਾ ਵੀ ਕਰਨ ਦਿਆਲਪੁਰੇ ਮਿਰਜੇ ਕੇ ਵਾਲਾ ਕਬੱਡੀ ਪਾ ਰਿਹਾ, ਦੂਜੇ ਪਾਸੇ ਸੋਨੀ ਹੈ, ਇਹ ਵੀ ਕਹਿੰਦੇ ਟੌਪ ਦਾ, ਇਹ ਵੀ ਟੌਪ ਦਾ ਮੇਰੇ ਵੀਰੋ, ਨਾ ਟਕਰਾ ਜੱਫਾ ਆਪਣੀ ਟੀਮ ਲਈ ਪੁਆਇੰਟ ਦਾ ਵਾਧਾ ਕਰ ਗਿਆ। ਪਿਛਲੇ ਸਾਲ ਮੇਲਾ ਹੋਇਆ ਤੇ ਜਤਿੰਦਰ ਜਾਲ ਹੋਣਾ ਨੇ ਚੱਕਾਂ ਦੇ ਸੁੱਕੇ, ਉਹਨਾਂ ਨੇ ਆਖਿਆ ਵੀ ਅਮਰੀਕ ਦਾ ਗੱਡੀ ਨਾਲ ਮਾਨ ਸਨਮਾਨ ਹੋਵੇਗਾ, ਤੇ ਜੰਡਿਆਲੇ ਦੇ ਮੇਲੇ ਤੇ ਕਹਿੰਦੇ ਕਹੇ ਹੋਏ ਬੋਲ ਭਰਾਵਾਂ ਨੇ ਪਗਾਏ ਹੈ। ਔਰ ਸਾਹਮਣੇ ਵੇਖਣਾ ਵੀ ਅਗਲੀ ਕਬੱਡੀ, ਇਸ ਵੇਲੇ ਨੌਜਵਾਨ ਪਾ ਰਿਹਾ ਜਾਫੀ ਚਾਰ ਨੇ, ਹੁਣ ਚਾਰਾਂ ਦੇ ਵਿੱਚੋਂ ਢਾਂਗਿਆ ਢਾਕ ਲਾਈ ਖੜਾ ਵੀ ਜਦੋਂ ਆ ਗਿਆ ਉਹ ਵੀ ਐਨ ਟੰਗ ਦੇਣਾ, ਪਰ ਜਾਫੀ ਕਰਦਾ ਕੋਸ਼ਿਸ਼, ਲੱਗਿਆ ਹੋਇਆ ਚੋਰ, ਮੁਕਾਬਲਾ ਸਖਤ, ਮੁਕਾਬਲਾ ਸਖਤ ਤੇ ਪੁਆਇੰਟ ਸਟੱਪਰ ਦਾ ਪੁਆਇੰਟ ਜੱਗੇ ਬਾਜੀ, ਜੱਗੇ ਬਾਜੀ ਪਿੱਛੇ ਅਮਨ ਯੂਕੇ ਸੱਤੇ ਮਠੱਡੇ ਦਾ, ਪਾਲੇ ਸੋਤੇ ਦਾ, ਬਾਗੀ ਟਵਾਲ ਦਾ, ਕੁਲਵਿੰਦਰ ਸਹੋਤੇ ਦਾ, ਬੜੇ ਪਿੰਡ ਵਾਲੇ ਦਾ ਵਿਸ਼ੇ ਤੌਰ ਤੇ ਧੰਨਵਾਦ ਹੈ। ਨਾਲ ਜਤਿੰਦਰ ਜਾਲ, ਕਬੂਲਪੁਰੀਏ ਜੇ ਦਾ, ਜਗਰੂਪ ਬਿੱਟੂ ਉਹਨਾਂ ਦਾ, ਟਵਾਲ ਬ੍ਰਦਰ ਦਾ, ਸਾਖੀ ਸੰਘੇੜੇ ਉਹਨਾਂ ਦਾ, ਸਮੁੱਚੀ ਸੈਂਟਰ ਵੈਲੀ ਕਬੱਡੀ ਕਲੱਬ ਤੇ ਨਾਲ ਗ੍ਰੇਵੀਅੰਟ ਕਬੱਡੀ ਕਲੱਬ ਦਾ, ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਮੈਚ ਸਮਾਪਤ, ਬੜਾ ਵਧੀਆ ਮੈਚ ਹੋਇਆ, ਮੁਬਾਰਕਬਾਦ ਜੀਤੇ ਹੋਣਾਂ ਨੂੰ ਹੈ, ਸਾਰੇ ਭਰਾਵਾਂ ਨੂੰ ਹੈ, ਮੁਬਾਰਕਬਾਦ ਹੈ, ਮੇਲਾ ਸਫਲ ਹੈ, ਰਿਜ਼ਲਟ ਦੱਸਿਆ ਜਾਵੇਗਾ, ਬੈਸਟ ਦੱਸੇ ਜਾਣਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਿੱਤਰਾਂ ਵਾਲੇ ਦੀਪੇ ਨੇ 11 ਕਬੱਡੀਆਂ ਪਾ ਕੇ 10 ਨੰਬਰ ਪ੍ਰਾਪਤ ਕੀਤੇ ਨੇ ਜੀ, ਗੁਰਵਿੰਦਰ ਘਾਂਗੇ ਨੇ 7, ਅਜੇ ਇੱਕ ਪੈਂਦੀ ਹੈ ਦੁੱਲੇ ਦੀ, ਐ ਅੜਦਾ ਭੂਕਣੇ ਚ ਜਵਾਨੀ, ਐ ਅੜਦੀ ਹੈ ਸੰਧੂਆ, ਚੱਕ ਲੈ ਮਾਈਕ। ਆਓ ਸਾਹਮਣੇ ਦੁੱਲਾ, ਦੁੱਲਾ
ਦੁੱਲਾ ਦੁੱਲਾ ਦੁੱਲਾ ਦੁੱਲਾ ਦੁੱਲਾ ਦੁੱਲਾ ਡਬਲ ਟੱਚ ਦਾ ਇਸ਼ਾਰਾ ਹੈ ਪੁਆਇੰਟ ਬੱਗੇ ਪਿੰਡ ਵਾਲੇ ਬਲਵੀਰ ਦਾ ਬਲਵੀਰ ਦਾ ਕੀ ਸਕੋਰ ਹੈ ਜੀ ਅੱਜ ਦਾ ਬੈਸਟ ਜਾਂ ਓਏ ਇੱਕ ਮਿੰਟ ਕਿਉਂ ਚੀਕਾਂ ਮਾਰੀਆਂ ਓਏ ਸੱਤ ਟੱਚ ਪੰਜ ਜੱਫੇ ਗੁਰਵਿੰਦਰ ਕਾਂਗਾ ਬੈਸਟ ਸਟਾਪਰ 11 ਕਬੱਡੀਆਂ 10 ਨੰਬਰ ਲਿਤਰਾ ਵਾਲਾ ਦੀਪਾ ਬੈਸਟ ਰੇਡਰ ਬਾਬਾ ਜੀ ਫਾਸਟ ਕੌਣ ਹੈ 23 ਨੰਬਰ ਨੇ ਬਾਬਾ ਬੁਰਾ ਸ਼ਾਹ 23 ਨੰਬਰ ਨੇ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਸਾਡੇ 28 ਨੰਬਰ ਬਾਬਾ ਬੁਰਾ ਸ਼ਾਹ ਕਬੱਡੀ ਕਲੱਬ ਸ੍ਰੀ ਸ੍ਰੀ ਫਾਸਟ ਸੈਕਿੰਡ ਨਕੋਦਰ ਬੈਸਟ ਰੇਡਰ ਦੀਪਕ ਤੇ ਬੈਪਰ ਗੁਰਵਿੰਦਰ ਕਾਂਗਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮਚ ਸਰਦਾਰ ਦਰਬਾਰਾ ਸਿੰਘ ਜੀ ਉਹਨਾਂ ਦੀ ਯਾਦ ਵਿੱਚ ਇਹ ਖੇਡ ਮੁਬਾਰਕਬਾਦ ਹੈ ਉਹਨਾਂ ਨੂੰ ਬਬਲੂ ਕੁਰੂ ਕੁਸ਼ੇਤਰ ਨੂੰ ਹੈਲੋ ਹਾਂਜੀ ਸਾਡੇ ਪਾਸ ਲਿਤਰਾ ਤੋਂ ਬਹੁਤ ਹੀ ਸਾਡੇ ਸਤਿਕਾਰਯੋਗ ਭਲਵਾਨ ਜੀ ਚੱਕ ਵਿੰਡਲ ਤਾਂ ਦੋ ਮੁੰਡੇ ਚੱਕ ਹੋ ਗਏ ਜੀ ਜਿਹੜੇ ਕਰਨ ਤੇ ਅਭਿਤ ਆ ਜਾਓ ਜੀ ਇੱਥੇ ਸਟੇਜ ਲਾਗੇ ਸਾਡੇ ਪਾਸ ਲਿਤਰਾ ਤੋਂ ਪਹੁੰਚੇ ਹਨ ਕਬੱਡੀ ਦੇ ਬਹੁਤ ਹੀ ਆਪਣੇ ਸਮੇਂ ਦੇ ਬੈਸਟ ਖਿਡਾਰੀ ਲਾਲਾ ਜਿਹਨੂੰ ਲਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਸ਼ਰਨਜੀਤ ਸਿੰਘ ਜੀ ਜਿਹਨਾਂ ਨੂੰ ਲਾਲੇ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਬੱਡੀ ਦੇ ਬਹੁਤ ਹੀ ਪੁਰਾਣੇ ਖਿਡਾਰੀ ਆਪਣੇ ਸਮੇਂ ਦੇ ਉਹਨਾਂ ਨੂੰ ਸਾਡੇ ਸਰਪੰਚ ਸਾਹਿਬ ਸਨਮਾਨਿਤ ਕਰ ਰਹੇ ਹਨ ਸ਼ਰਨਜੀਤ ਸਿੰਘ ਜੀ ਲਾਲਾ ਬਹੁਤ ਹੀ ਵਧੀਆ ਆਪਣੇ ਸਮੇਂ ਦੇ ਖਿਡਾਰੀ ਰਹਿ ਚੁੱਕੇ ਹਨ ਸ਼ਰਨਜੀਤ ਸਿੰਘ ਜੀ ਲਾਲਾ ਲਿਤਰਾ ਤੋਂ ਬਹੁਤ ਬਹੁਤ ਧੰਨਵਾਦ ਜੀ ਸ਼ਰਨਜੀਤ ਸਿੰਘ ਜੀ ਲਾਲਾ ਲਿਤਰਾ ਤੋਂ ਸੁੱਖੇ ਭਾਜੀ ਸਟੇਜ ਤੇ ਆਇਓ ਯਾਰ ਸਨਮਾਨ ਕਰ ਲਈਏ ਜਿਹੜੇ ਰਹਿੰਦੇ ਆ ਜੀਤੇ ਆ ਜਾਓ ਸਟੇਜ ਦੇ ਕੋਲ
हैलो जीते भाजी आज यार स्टेज ते बहुत बहुत धन्यवाद करते हैं जी साडे शंकर चौंकी तो जो साडे इंचार्ज साहब पहुंचे हैं उन्होंने नाल उन्हों की समुची टीम उमेश कुमार जी साडे पैवी भाजी साडे चमल भाजी लवप्रीत जी साडे दरम्यान पहुंचे हैं बहुत बहुत धन्यवाद करते हाँ जिन्होंने बहुत ही वधिए तरीके दे नाल अपनी सेवा निभाई है बहुत बहुत धन्यवाद जी पूरी शंकर चौंकी टीम का बहुत बहुत धन्यवाद हेलो जीते भाजी आ जाओ यार सारे वेट कर दे Thank you.